ਦੂਜੀਆਂ ਪਾਰਟੀਆਂ ਨਾਲ ਲੈ ਕੇ 12 ਬੰਦੇ ਆ ਖੜੇ ਆ ਸਾਡੇ ਕੋਲੇ ਪਰ ਇਹਨਾਂ ਦੇ ਹੱਥ ਬੰਨ੍ਹੇ ਬੈਠੇ ਆ ਇਹ ਲੋਕ ਸੋ ਅਸੀਂ ਤਾਂ ਜੰਮੇ காங்கிரஸ் ਦੇ ਵਿੱਚ ਆ ਪਰ ਸਾਨੂੰ ਸ਼ਰਮ ਆਉਂਦੀ ਆ ਇਹ ਗੱਲ ਕਹਿੰਦਿਆਂ ਨੂੰ ਕਿ ਸਾਡਾ ਆ ਹਲ ਕਰਤਾ ਇਹਨਾਂ ਨੇ ਸਹੀ ਤੁਹਾਨੂੰ ਆਈਐਸ ਰੋਡ ਦੇ ਉੱਤੇ ਲੈ ਕੇ ਕਿਹੜਾ ਰੋਡ ਔਰ ਕਿਦਨੂੰ ਰੋੜ ਜਾਂਦਾ ਸਮੱਸਿਆ ਬਾਈ ਜੀ ਇਹ ਨਿਆਮੀ ਵਾਲਾ ਰੋਡ ਹੈਗਾ ਚੈਤੋ ਪਿੰਡ ਦੇ ਵਿੱਚ ਆਪਾਂ ਖੜੇ ਆ ਇਹ ਇੱਕ ਸ਼ਹੀਦੀ ਮਾਰਗ 1924 ਵਾਲਾ ਜਿੱਥੇ ਕਿ ਸਾਨੂੰ ਫੁੱਲ ਬੂਟੇ ਲਾਉਣੇ ਚਾਹੀਦੇ ਪਿਛਲੀਆਂ ਸਰਕਾਰਾਂ ਵੇਲੇ ਵੀ 10 ਸਾਲ ਸਾਡਾ ਇਹੀ ਹਾਰ ਰਿਹਾ ਤੇ ਸਾਢੇ 4 ਸਾਲ ਹੋ ਗਏ ਜਿਹੜੀ ਸਾਡੀ ਮੌਜੂਦਾ ਲੀਡਰਸ਼ਿਪ ਇੱਥੇ ਬੈਠੀ ਆ ਉਹਨੇ ਸਾਡਾ ਹਾਲ ਹੀ ਕਰਤਾ ਇਹ ਤੁਹਾਨੂੰ ਵਿਕਾਸ ਅਸੀਂ ਦਿਖਾ ਰਹੇ ਹਾਂ ਅੱਜ ਨਿਆਮੀ ਵਾਲਾ ਰੋਡ ਦਾ ਬੜੀ ਸ਼ਰਮ ਆਉਂਦੀ ਆ ਸਾਨੂੰ ਇਹ ਗੱਲ ਕਹਿੰਦਿਆਂ ਨੂੰ ਕਿ ਸਾਡੀ ਲੀਡਰਸ਼ਿਪ ਜਿਹੜੀ ਇੱਥੇ ਬੈਠੀ ਆ ਮੌਜੂਦਾ ਚਾਹਤੋ ਹਲਕੇ ਦੇ ਵਿੱਚ ਤੁਸੀਂ ਵੀ ਇਸ ਪਾਰਟੀ ਕੋ ਬਿਲੋਂਗ ਕਰਦੇ ਹੋ ਤੁਸੀਂ ਕੀ ਆਪਣੇ ਲੈਵਲ ਤੇ ਆਪਦੇ ਲੀਡਰਾਂ ਨੂੰ ਤੁਸੀਂ ਇਹ ਗੱਲ ਧਿਆਨ ਚ ਲੈ ਹਾਂਜੀ ਇੱਕ ਕਾਲੂ ਰਾਮ ਬਗੀਚੀ ਦੇ ਵਿੱਚ ਹੋਈ ਸੀਗੀ ਮੀਟਿੰਗ ਪਿਛਲੇ ਹਫਤੇ ਰਾਹੁਲ ਜੀ ਦੀ ਟੀਮ ਆਈ ਸੀ ਉੱਪਰੋਂ ਅਸੀਂ ਇਹ ਉੱਪਰ ਸੈਂਟਰ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਪਤਾ ਕਿ ਮੈਸੇਜ ਜਾਵੇਗਾ ਕਿ ਨਹੀਂ ਅਸੀਂ ਉਹਨਾਂ ਨੂੰ ਦੱਸਿਆ ਕਹਿੰਦੇ ਜੀ ਵਿਕਾਸ ਦੇ ਆਧਾਰ ਤੇ ਕਹਿੰਦੇ ਆਪਾਂ ਵੋਟਾਂ ਲੈਣੀਆਂ ਮੈਂ ਕਿਹਾ ਜੀ ਬੂਥ ਤੇ ਕੌਣ ਜਾਊਗਾ ਘਰ ਦੇ ਵਿੱਚ ਵੋਟ ਕੌਣ ਸਾਡੇ ਵਰਗਾ ਵਰਕਰ ਜਾਊਗਾ ਜੇ ਸਾਡੀ ਇਹਨਾਂ ਨੇ ਆਹ ਹਾਲ ਕਰਤੀ ਇੱਥੋਂ ਦਾ ਅਸੀਂ ਕਿਹਦੇ ਨਾਲ ਤੁਰਾਂਗੇ ਕਿਤੋਂ ਵੋਟਾਂ ਲੈਣ ਜਾਵਾਂਗੇ ਅਸੀਂ ਦੱਸੋ ਇਹ ਜਿਹੜਾ ਰੋਡ ਹੈ ਇੱਥੇ ਕੀ ਪ੍ਰੋਬਲਮ ਤੇ ਕਾਸਟ ਹੋ ਇਹ ਜਿਹੜੀ ਵਿੱਚ ਦਿੱਕਤ ਆ ਰਹੀ ਹੈ ਇਹ ਦਿੱਕਤ ਹੀ ਆਈ ਆ ਵੀ ਇਹਦੇ ਵਿੱਚ ਜਿਹੜਾ ਕਿ ਪਾਈਪਲਾਈਨ ਇਹ ਪਈ ਆ ਇੱਥੇ ਰੰਗ ਸਿੰਘ ਵਾਲਾ ਰੋਡ ਨੂੰ ਡਰੇਨ ਆ ਜਿਹੜੀ ਮੈਂ ਪਿਛਲੀਆਂ ਸਰਕਾਰਾਂ ਵੇਲੇ ਸਰਵੇ ਕਰਾਇਆ ਚਾਰ ਸਾਲ ਸਾਡਾ ਸੰਘਰਸ਼ ਚੱਲਿਆ ਉਸ ਟਾਈਮ ਦੇ ਵਿੱਚ ਇਹਦੇ ਵਿੱਚ ਪਾਇਆ ਗਿਆ ਕਿ 13 ਫੁੱਟ ਉੱਚੀ ਆ ਚੜ੍ਹਦੇ ਵਾਲੇ ਪਾਸੇ ਨੂੰ ਕਦੇ ਪਾਣੀ ਨਹੀਂ ਜਾਂਦੇ ਪਰ ਚਲੋ ਉਹ ਖੈਰ ਸਾਡਾ ਉੱਥੇ ਕੋਈ ਜ਼ੋਰ ਨਹੀਂ ਸੀਗਾ ਪਰ ਹੁਣ ਵੀ ਅਸੀਂ ਇੱਥੇ ਜਈ ਹੈਗਾ ਸਖਜੀ ਸਿੰਘ ਉਹ ਮੇਰਾ خیال ਵੀ ਹੁਣ ਨਹੀਂ ਮੌਜੂਦਾ ਕੋਟਗਪੂਰੇ ਚਲੇ ਗਏ ਉਹ ਸੀਗੇ ਇੱਥੇ ਸੂਰਜ ਭਾਰਦਵਾਏ ਸੀਗੇ ਸਾਡੇ ਮੈਂ ਦਫ਼ਤਰ ਵੀ ਗਿਆ ਉੱਥੇ ਕਾਂਗਰਸ ਪਾਰਟੀ ਦੇ ਕਿ ਮਤਲਬ ਇਹ ਜਿਹੜਾ ਹੈਗਾ ਪ੍ਰੋਜੈਕਟ ਇਹ ਨਹੀਂ ਚੱਲਣਾ ਇਹਨੂੰ ਨੀਵੇਂ ਵਾਲੇ ਪਾਸੇ ਨੂੰ ਕਿਸੇ ਸਹੀ ਦਿਸ਼ਾ ਵੱਲ ਪਾਸੇ ਨੂੰ ਇਹਦਾ ਤੁਸੀਂ ਰੁਖ ਮੋੜ ਦਿਓ ਇਹ ਜਿਹੜਾ ਜਨਤਾ ਦਾ ਲੋਕਾਂ ਦਾ ਪਬਲਿਕ ਦਾ ਪੈਸਾ ਇਹਨੂੰ ਖੂਦ ਦੇ ਵਿੱਚ ਨਾ ਸਟੋ ਪਰ ਕਿਸੇ ਦੇ ਕੰਨ ਦੇ ਯੋ ਨਹੀਂ ਸਰਕੀ ਤੋਰੀ ਫੁਲਕਾ ਰਲ ਮਿਲ ਕੇ ਚੱਲਿਆ ਅਸੀਂ ਚੰਨੀ ਸਾਹਿਬ ਤੋਂ ਵੀ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੇ ਵਿੱਚ ਕਿ ਜੇ ਸਾਨੂੰ ਕੋਈ ਐਪਲੀਕੇਸ਼ਨ ਲਿਖਣੀ ਪਈ ਜਿੱਥੋਂ ਵੀ ਜਾਣਾ ਅਸੀਂ ਤਿਆਰ ਆ ਜਿੱਥੇ ਸਾਡੇ ਸਾਈਨ ਲੈਣੇ ਆ ਸਾਰੇ ਭੈਣ ਭਰਾ ਇਸ ਇਲਾਕੇ ਦੇ ਖੜੇ ਆ ਸਾਡੇ ਜੈਤੋ ਪਿੰਡ ਵਾਲੇ ਐਡੇ ਦੁਖੀ ਆ ਠੀਕ ਆ ਸਾਡੇ ਇਹ ਇਥੋਂ ਵਾਲੇ ਜਿਹੜੇ ਲੋਕ ਆ ਜਿਹੜੇ ਆਪਣੇ ਆਪ ਨੂੰ ਕਾਂਗਰਸੀ ਕਹਿੰਦੇ ਆ ਬਹਿ ਨਹੀਂ ਮੰਦਾ ਉਹ ਜਿਹੜੇ ਟਕਸਾਲੀਆਂ ਨੂੰ ਖੁੰਜੇ ਲਾਉਣ ਤੇ ਲੱਗੇ ਵੇ ਆ ਉਹਨਾਂ ਨੂੰ ਮੈਂ ਕਾਂਗਰਸੀ ਨਹੀਂ ਮੰਨਦਾ ਕਾ ਸੋ ਅਸੀਂ ਤਾਂ ਜੰਮੇ ਕਾਂਗਰਸ ਦੇ ਵਿੱਚ ਆ ਪਰ ਸਾਨੂੰ ਸ਼ਰਮ ਆਉਂਦੀ ਆ ਇਹ ਗੱਲ ਕਹਿੰਦਿਆਂ ਨੂੰ ਕਿ ਸਾਡਾ ਆ ਹਾਲ ਕਰਤਾ ਇਹਨਾਂ ਨੇ ਲੋਕ ਆਉਂਦੇ ਆ ਮੇਰੇ ਕੋਲੇ ਆ ਸਰਜੀਤ ਸਿੰਘ ਬਾਬਾ ਸਾਡੇ ਪ੍ਰਧਾਨ ਨੇ ਇਹਨਾਂ ਨੂੰ ਅਸੀਂ ਪ੍ਰਧਾਨ ਬਣਾਇਆ ਪਰ ਇਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਕੰਮ ਨਹੀਂ ਕਰਨ ਦਿੱਤਾ ਦੂਜੀਆਂ ਪਾਰਟੀਆਂ ਨਾਲ ਲੈ ਕੇ 12 ਬੰਦੇ ਆ ਖੜੇ ਆ ਸਾਡੇ ਕੋਲੇ ਪਰ ਇਹਨਾਂ ਦੇ ਹੱਥ ਬੰਨ੍ਹੇ ਬੈਠੇ ਆ ਇਹ ਲੋਕ ਜਦੋਂ ਕਿਤੇ ਕੋਈ ਦਿੱਕਤ ਆਂ ਤੁਸੀਂ ਪ੍ਰਧਾਨ ਦੇ ਗੱਲ ਤੇ ਅੰਜ ਲੈ ਕੇ ਆਨੇ ਆ ਅਸੀਂ ਪ੍ਰਧਾਨ ਨੂੰ ਬਹੁਤਾ ਨਹੀਂ ਗਿਆ ਪ੍ਰਧਾਨ ਤਾਂ ਆਇਆ ਖੜਾ ਕੀ ਕਰਨੇ ਜਦੋਂ ਰਲਿ ਮਿਲਿ ਭੁਗਤ ਦੇ ਨਾਲੇ ਕੰਮ ਹੋਇਆ ਇਲੈਕਸ਼ਨ ਸਿਰਤੇ ਆ ਅਸੀਂ ਚੰਨੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਦੀ ਵਿਜੀਲੈਂਸ ਜਾਂਚ ਜਲਦੀ ਤੋਂ ਜਲਦੀ ਕਰਾਓ ਤੇ ਜਿਹੜੇ ਦੋਸ਼ੀ ਪਾਏ ਜਾਣ ਚਾਹੇ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫੜ ਕੇ ਸਲਾਖਾਂ ਦੇ ਪਿੱਛੇ ਤੋਂ ਨਹੀਂ ਜਾਵੇ